ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਆਰ ਚੈਨਲ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ ਤੇ ਮੈਂ ਹਾਲੇ ਸਵੇਰ ਨਾਲ ਸੁੱਤੀ ਉੱਠੀ ਹਾਂ ਅਤੇ ਫਿਰ ਵੀ ਮੈਂ ਵਲੋਗ ਬਣਾ ਰਹੀ ਹਾਂ ਪਿਛਲੀ ਵਾਰ ਮੈਂ ਵਲੋਗ ਸ਼ੂਟ ਕੀਤਾ ਸੀ ਬੈਂਗਲ ਸੈਰੇਮਨੀ ਵਲੋਗ ਅਤੇ ਤੁਸੀਂ ਸਾਰੇ ਜਣਿਆਂ ਨੇ ਉਹ ਵਲੋਗ ਨੂੰ ਬਹੁਤ ਹੀ ਜ਼ਿਆਦਾ ਸਪੋਰਟ ਕੀਤਾ ਅਤੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਕਿ ਤੁਸੀਂ ਸਪੋਰਟ ਕੀਤਾ ਅਤੇ ਅੱਜ ਮੈਂ ਵਲੋਗ ਸ਼ੂਟ ਕਰ ਰਹੀ ਹਾਂ ਇਹ ਵਲੋਗ ਹੈਗਾ ਵਾ ਮਹਿੰਦੀ ਦਾ ਵਲੋਗ ਅਤੇ ਇਹਨੂੰ ਵੀ ਇੱਦਾਂ ਹੀ ਸਪੋਰਟ ਕਰਿਓ ਬਹੁਤ ਹੀ ਘੈਂਟ ਵਲੋਗ ਹੋਏਗਾ ਅਤੇ ਬੈਂਗਲ ਸੈਰੇਮਨੀ ਵਾਲੇ ਵਲੋਗ 'ਤੇ ਮੈਂ ਜ਼ਿਆਦਾਤਰ ਤੁਹਾਡੇ ਸਾਰਿਆਂ ਦੇ ਕਮੈਂਟਸ ਦੇਖੇ ਸੀ ਅਤੇ ਮੈਨੂੰ ਦੋ ਕਮੈਂਟਸ ਹੈ ਨਾ ਹਾਈਲਾਈਟ ਹੋਏ ਕਿ ਆਏ ਆ ਅਤੇ ਇੱਕ ਕਮੈਂਟ ਸੀ ਤੁਸੀਂ ਸਾਰੇ ਜਣਿਆਂ ਨੇ ਮੇਰੇ ਫਾਦਰ ਬਾਰੇ ਪੁੱਛਿਆ ਸੀ ਅਤੇ ਦੂਸਰਾ ਕਮੈਂਟ ਸੀ ਕਿ ਤੁਸੀਂ ਕਿਹਾ ਸੀ ਕਿ ਰੈਗੂਲਰ ਵਲੋਗਸ ਪਾਇਆ ਕਰੋ ਅੱਜ ਮੈਂ ਤੁਹਾਨੂੰ ਦੋਨਾਂ ਚੀਜ਼ਾਂ ਦਾ ਜਵਾਬ ਦਊਂਗੀ ਪਹਿਲਾਂ ਤਾਂ ਮਤਲਬ ਤੁਹਾਨੂੰ ਆਪਣੇ ਫਾਦਰ ਬਾਰੇ ਮੈਂ ਦੱਸੂਂਗੀ ਕਿ ਜਿਵੇਂ ਦੱਸਦੀ ਹਾਂ ਹਾਂ ਅਤੇ ਮਤਲਬ ਫਾਦਰ ਬਾਰੇ ਦੱਸੂੰਗੀ ਜਿਵੇਂ ਫਾਦਰ ਮੇਰੇ ਨਹੀਂ ਆ ਡੈਥ ਹੋ ਗਈ ਸੀ ਇਸ ਚੀਜ਼ ਨੂੰ ਹੋ ਗਏ 7 ਕੁ ਸਾਲ ਇਸ ਕਰਕੇ ਮੇਰੇ ਵਲੋਗਸ 'ਚ ਤੁਸੀਂ ਮੇਰੇ ਫਾਦਰ ਨੂੰ ਨਹੀਂ ਦੇਖ ਪਾ ਰਹੇ ਮੈਨੂੰ ਬਹੁਤ ਜ਼ਿਆਦਾ ਕਮੈਂਟਸ ਆਉਂਦੇ ਆ ਹੈ ਨਾ ਕਿ ਦੱਸੋ ਕਿ ਵਲੋਗਸ 'ਚ ਕਿੱਥੇ ਨੇ ਮੈਂ ਕਈ ਵਾਰੀ ਦੱਸਣਾ ਵੀ ਚਾਹੁੰਦੀ ਸੀ ਬਟ ਨਹੀਂ ਮਤਲਬ ਸਮਝ ਹੀ ਸਕਦੇ ਹੋ ਹੈ ਨਾ ਤੁਸੀਂ ਕੰਡੀਸ਼ਨ ਨਹੀਂ ਹਿੰਮਤ ਪੈਂਦੀ ਬਟ ਮੈਂ ਵਲੋਗਸ 'ਤੇ ਬਹੁਤ ਜ਼ਿਆਦਾ ਕਮੈਂਟਸ ਦੇਖੇ ਤਾਂ ਮੈਂ ਦੱਸਿਆ ਐਂਡ ਤੁਸੀਂ ਫਿਰ ਕਿਹਾ ਸੀ ਕਿ ਰੈਗੂਲਰ ਵਲੋਗ ਸ਼ੂਟ ਕਰੋ ਐਕਚੁਅਲੀ ਰੈਗੂਲਰ ਵਲੋਗ ਸ਼ੂਟ ਕਰਨ ਦਾ ਥੋੜ੍ਹਾ ਟਾਈਮ ਵੀ ਨਹੀਂ ਲੱਗਦਾ ਥੋੜ੍ਹੀਆਂ ਰਿਸਪੋਂਸੀਬਿਲਟੀਜ਼ ਵੀ ਬਹੁਤ ਆ ਹੈ ਨਾ ਫਾਦਰ ਤੋਂ ਬਿਨਾਂ ਮੈਰਿਜ ਕਰਨਾ ਕਿੰਨੀ ਰਿਸਪੋਂਸੀਬਿਲਟੀਜ਼ ਹੋ ਜਾਂਦੀਆਂ ਇਸ ਕਰਕੇ ਥੋੜ੍ਹਾ ਰਿਸਪੋਂਸੀਬਿਲਟੀਜ਼ ਕਰਕੇ ਹੀ ਮੈਂ ਵਲੋਗ ਸ਼ੂਟ ਨਹੀਂ ਕਰ ਪਾਈ ਫਿਰ ਵੀ ਚਲੋ ਜਿੰਨਾ ਕੁ ਹੋ ਸਕੇ ਆਪਾਂ ਕਰ ਰਹੇ ਹਾਂ ਜਿੰਨਾ ਕੁ ਆਪਾਂ ਕਰ ਸਕਦੇ ਹਾਂ ਮੈਰਿਜ 'ਚ ਵੀ ਕਰ ਰਹੇ ਹਾਂ ਮਤਲਬ ਤੁਸੀਂ ਦੇਖਿਆ ਹੀ ਹੋਏਗਾ ਕਿ ਆਪਾਂ ਨੋਰਮਲੀ ਕਿੰਨਾ ਕੁ ਕਰਦੇ ਹਾਂ ਹੈ ਨਾ ਕਿਉਂਕਿ ਸ਼ੋਅ ਆਫ ਆਪਾਂ ਨਹੀਂ ਕਰ ਸਕਦੇ ਹੈ ਨਾ ਇਸ ਕਰਕੇ ਫਿਰ ਵੀ ਤੁਹਾਨੂੰ ਵਧੀਆ ਲੱਗੇ ਤੁਸੀਂ ਫਿਰ ਵੀ ਸਾਨੂੰ ਸਪੋਰਟ ਕਰਦੇ ਹੋ ਇੱਥੋਂ ਤੱਕ ਅਗਰ ਆਪਾਂ ਪਹੁੰਚੇ ਹਾਂ ਅਤੇ ਸਿਰਫ ਤੁਹਾਡੇ ਸਾਰਿਆਂ ਦੀ ਬਦੌਲਤ ਹੀ ਪਹੁੰਚੇ ਹਾਂ ਥੈਂਕ ਯੂ ਸੋ ਮੱਚ ਸਾਰਿਆਂ ਨੂੰ ਅਤੇ ਚਲੋ ਹੁਣ ਅੱਗੇ ਵਲੋਗ ਵਧਾਉਂਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਵਲੋਗ ਅੱਜ ਦਾ ਕਿ ਅੱਜ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਤਾਂ ਮੈਂ ਸੁੱਤੀ ਉੱਠੀ ਹਾਂ ਸਭ ਤੋਂ ਪਹਿਲਾਂ ਮੈਂ ਜਾ ਕੇ ਤਿਆਰ ਹੁੰਦੀ ਹਾਂ ਫਿਰ ਤਿਆਰ ਹੋ ਕੇ ਤੁਹਾਨੂੰ ਆਪਣੀ ਲੁੱਕ ਵਿਖਾਉਂਦੀ ਹਾਂ ਓਕੇ ਬਾਏ ਸੋ ਫਾਈਨਲੀ ਮੈਂ ਥੋੜ੍ਹੀ ਬਹੁਤੀ ਤਿਆਰ ਹੋ ਚੁੱਕੀ ਹਾਂ ਪਰ ਹਲੇ ਪੂਰੀ ਨਹੀਂ ਹੋਈ ਥੋੜ੍ਹਾ ਬਹੁਤਾ ਮੇਕਅਪ ਕੀਤਾ ਜਿੰਨਾ ਕੁ ਮੈਨੂੰ ਆਉਂਦਾ ਸੀ ਬਾਕੀ ਇਹ ਦੀਦੀ ਆਏ ਆ ਮੇਰੀ ਸ਼ਕਲ ਸੁਧਾਰਨ ਵਾਸਤੇ ਇਹਨਾਂ ਨੇ ਹਲੇ ਮੇਰਾ ਹੇਅਰ ਸਟਾਈਲ ਵਗੈਰਾ ਕਰਨਾ ਅਤੇ ਹੇਅਰ ਸਟਾਈਲ ਵਗੈਰਾ ਕਰਨਗੇ ਫਿਰ ਪੂਰੀ ਲੁੱਕ ਆਏਗੀ ਹਲੇ ਏਅਰਿੰਗਸ ਵਗੈਰਾ ਪਾਉਣੇ ਆ ਮਤਲਬ ਹਲੇ ਮੈਂ ਫੁੱਲ ਰੈਡੀ ਹੋਣਾ ਥੋੜ੍ਹੀ ਬਹੁਤੀ ਹੋਈ ਆ ਅਤੇ ਮਹਿੰਦੀ ਵਾਲੇ ਭਈਆ ਬਾਹਰ ਵੇਟ ਕਰ ਰਹੇ ਆ ਅਰੇ ਭਈਆ ਆਪ ਦਿਸ ਨਹੀਂ ਰਹੇ ਅੰਧੇਰਾ ਹੈ ਨਾ ਹਾਂਜੀ ਹੈਲੋ ਭਈਆ ਨੂੰ ਮੈਂ ਅੱਜ ਬਹੁਤ ਵੇਟ ਕਰਵਾਈ ਆ ਭਈਆ ਸੋਰੀ ਤੁਹਾਨੂੰ ਇੰਨੀ ਵੇਟ ਕਰਵਾਈ ਭਈਆ ਦਾ ਮਟੀਰੀਅਲ ਰੈਡੀ ਆ ਸਾਰਾ ਅਤੇ ਆਹ ਮੇਰਾ ਸਮਾਨ ਆ ਜਿਹੜਾ ਮੈਂ ਹਲੇ ਪਾਉਣਾ ਚਲੋ ਭਈਆ ਮੈਂ ਆਪਦੀ ਹੂੰ ਠੀਕ ਆ ਜਾਓ ਦੀਦੀ ਠੀਕ ਹੈ ਠੀਕ ਓਕੇ ਜੀ ਹਾਂਜੀ ਸੋ ਸਾਡੀ ਕੁੜੀ ਦਾ ਮੇਕਅਪ ਨਹੀਂ ਵੈ ਵਾਲੀ ਸਟੇਟ ਹੁੰਦੇ ਹੇਅਰ ਡੂ ਹੋ ਰਿਹਾ ਵਾਲਾਂ ਦਾ ਮੇਕਅਪ ਹੋ ਰਿਹਾ ਦੀਦੀ ਹੇਅਰ ਡੂ ਕਰ ਰਿਹਾ ਭਈਆ ਵਿਚਾਰੇ ਵੇਟ ਕਰ ਰਹੇ ਕਦੋਂ ਹੇਅਰ ਡੂ ਹੋਏ ਤੇ ਮੈਂ ਜਲਦੀ ਸਟਾਰਟ ਕਰਾਂ ਤੇ ਆਏਗੀ ਤੁਹਾਡੀ ਸਾਹਮਣੇ ਲੁੱਕ ਪੂਰੀ ਹਲੇ ਮੈਂ ਰੈਡੀ ਹੋ ਰਹੀ ਹਾਂ ਹਲੇ ਤੋਂ ਚੜੇਲ ਲੱਗਦੀ ਹੋਊਗੀ ਮੈਨੂੰ ਪਤਾ ਅੱਜ ਕੁੜੀ ਲਿਸ਼ਕਦੀ ਪਈ ਵੈ ਅੱਜ ਬਿਨਾ ਮੇਕਅਪ ਦੇ ਲਿਸ਼ਕਦੀ ਪਈ ਹੈ ਮੇਕਅਪ ਕੀਤਾ ਅੱਛਾ ਕੀਤਾ ਵਾ ਆਪਾਂ ਲਾਈਟ ਕਰੀਦਾ ਵਾ ਅੱਛਾ ਮੈਂ ਕਿਹਾ ਇੰਨਾ ਡਾਰਕ ਥੋੜੀ ਕਰਨਾ ਮੈਂ ਕਿਹਾ ਲਿਸ਼ਕਦੀ ਕਿਉਂ ਪਈ ਅੱਜ ਡਰੈਸ ਸੋਹਣੀ ਹੈ ਮੇਰੀ ਚੱਲ ਹੁਣ ਤੂੰ ਵੀ ਧਾ ਲਾ ਇਹ ਤਾਂ ਮੁੰਡਾ ਨਹਾਤਾ ਵੀ ਨਹੀਂ ਹੈ ਜਿਹੜਾ ਵਲੋਗਿੰਗ ਕਰ ਰਿਹਾ ਤੇ ਮੈਂ ਉੱਠਿਆ ਵਾਂ ਅੱਜ ਨਹਾਓ ਫਿਰ ਜਾ ਕੇ ਠੀਕ ਸੋ ਡੈਕੋਰੇਸ਼ਨ ਚੱਲ ਰਹੀ ਹੈ ਸਾਡੇ ਇੱਥੇ ਘਰੇ ਤੇ ਆ ਭਾਜੀ ਕਰਾ ਰਹੇ ਆ ਤੇ ਆ ਮੈਡਮ ਜੀ ਅਜੇ ਮਹਿੰਦੀ ਲੱਗਣ ਲੱਗੀ ਹੈ ਹਲੇ ਡੈਕੋਰੇਸ਼ਨ ਚੱਲ ਰਹੀ ਆ ਪਰ ਭਈਆ ਕਾਲੇ ਬੜੇ ਆ ਕਹਿੰਦੇ ਜਲਦੀ ਜਲਦੀ ਮਹਿੰਦੀ ਲਵਾਓ ਮੈਂ ਜਾਣਾ ਤੇ ਮੈਂ ਕਿਹਾ ਮੈਂ ਫਿਲਹਾਲ ਮਹਿੰਦੀ ਸਟਾਰਟ ਕਰਵਾਵਾਂ ਤੇ ਹੁਣ ਦੇਖੋ ਭਈਆ ਸੁੰਦਰ ਸੀ ਲਗਾਉਣਾ ਮਹਿੰਦੀ ਹੈ ਬੈਸਟ ਮਹਿੰਦੀ ਸੋ ਮਹਿੰਦੀ ਲੱਗ ਕੇ ਸਾਹਮਣੇ ਆਉਂਦੀ ਹੈ ਫਿਰ ਤੁਸੀਂ ਦੱਸਿਓ ਕਮੈਂਟਸ 'ਚ ਕਿੱਦਾਂ ਦੀ ਲੱਗੀ ਮੈਨੂੰ ਇੰਨੀ ਜ਼ਿਆਦਾ ਭੁੱਖ ਲੱਗੀ ਨਾਨੀ ਮੰਮਾ ਮੈਨੂੰ ਰੋਟੀ ਖਵਾ ਰਹੇ ਆ ਸੋ ਇੰਨੀ ਕੁ ਕੰਪਲੀਟ ਹੋ ਚੁੱਕੀ ਆ ਹਲੇ ਇੱਕ ਹੱਥ ਵੀ ਚੰਗੀ ਤਰ੍ਹਾਂ ਕੰਪਲੀਟ ਨਹੀਂ ਹੋਇਆ ਵਧੀਆ ਬਣੀ ਆ ਹੈ ਨਾ
फिलहाल चुड़ैल आ गई है एक। दिव्या मैडम आ चुकी है, आओ। दिव्या जी, दिव्या जी नू पानी पिलाओ, दिव्या जी नू चाह दो, दिव्या मैडम नू पिलाओ कुछ ना कुछ। कुछ नहीं, क्यों कुछ नहीं, आज ही मिल रहा है खाने को, ओदा नहीं मिलना ओदा भजो फिर। अच्छा हाँ जी, तो एक हाथ की मेहंदी लग चुकी है, हुन दूसरे हाथ पे लग रही है, खुशियां चढ़िया, डेकोरेशन भी हो चुकी है पूरी। दसो डेकोरेशन सोनी है ना, बाकी हुन वेट कर रही हूँ मैं बाकियां दी, जेड़े जेड़े हले तक नहीं आए। आ रहा बीबी जी, और की हले जनता आनी है, और हले जनता थोड़ी है, जनता इज ऑन द वे। यस मम्मा तू ही ढोलकी बजाओ। ओ बल्ले 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 बल्ले, आ भी शिवम जी, मैं कितनी ही एक चड़ेल बैठी ही, और चड़ेला भी आ गया, वो देख सकते हो प्लीज। खुशियां चढ़िया गिफ्ट दिया, वेखी भला की लेके आई है चड़ेला, तेरी कॉपी तेरे वर्गियां ही हैं। पेश किया जाए अपनी कलाकारी। गाना पेश किया जाए कोई और।
तेरी मेहंदी लग चुकी है। करना भी लगाओ। लग गई हाथा ते हूं पैर ते लगन वाली हूं पैर ते लगने मैं बहुत ज्यादा थक गई हां थकना ते सी शुक्र है हाथा ते कंप्लीट हो गया हूं सुकाने सो तैयारियां चल दियां पईयां वा ते आ एंजल दियां फ्रेंड्स इन्हां नूं खवा पिया रहे हां कुछ कहना चाहोगे खाना चाहोगे अच्छा खाना चाहोगे बताली दी मां ओ मंजे डिग पई है बैठ तो गल्ला करती करती मेरा ते ओ बैठी है एंजल हां जी क्या थक गई है यार नींद बड़ी आई है अच्छा नींद आ गई हत्ता ते लग गई है दूजे पैर ते लगनी है ये तो शुरुआत हुई है गाना गा तेरा यार डिफॉल्टर ता हो या तेरे बंदे डिफॉल्टर टंगे चल कब जा नहीं नहीं ए मारा वा ए तू नहीं संपर्क करना गाना तो गा यार ओ डाकना तूनी डाकना चाचा यार एक मिनट आवाज ज्यादा आ रही तेरी बोलने की आवाज घट आती है ओ डाल रवा तू नहीं नाम कदा चलदा इसको आ गई पेट पूजा ओ ला अभी रुक जा अभी नहीं खिला सकते अभी ये सजी सजी प्लेट मैं खा लूं कितना दुख लगदा ना जब साडे वास्ते आई होए ते आपा खा ना पाइए दुख लगदा फिर भरा खा जांदे हुंदे है फिर कहीदा हुंदा मेरे वीर तू खा ला पहले ओ फाइनली कंप्लीट हो चुकी है पैरा पे भी हां फ्रेंड्स ने दिया मैं बहुत ज्यादा थक गई हुई हां वैसे पर भैया ने बहुत सोनी मेहंदी लगाई है थैंक यू भैया वेलकम दीदी वेलकम अब आप पेट पूजा कर लो मैं सुना पेट पूजा कर लो पेट पूजा खा लो कुछ कर लेंगे जी करके जाएंगे हां मेहंदी पे वो लग गई है हूं आप डांस डूस करेंगे है ना यस यस सारे वेट कर रहे हैं मेहंदी लगे थे आप कुछ प्रोग्राम शुरू करिए देख लो जी सारे अपनी अपनी शक्ल चलो फिर नए प्रोग्राम में मिलते हैं तानू आ की चीजा क्या आ की दा सामान आ मेरा ही सामान है आ एक और रस्म हुंदी है अच्छा अगले व्लॉग च दसांगे ठीक है अगले व्लॉग च दसना ठीक है फुल वीडियो फोटो बना के थक गया हूं मैं थोड़ी देर रेस्ट कर ला A few moments later. So बहुत ही ज्यादा मेहनत दे नाल, बहुत पसीने नाल, अपा गिफ्ट खोलता है। लो। ला एक कले होर दा एक अखबार है ये। यार ये तो फोटो लग रही है, तो मेरी फोटो तो नहीं है। हां। तेरे भी लवाया मैं तेरी फोटो। पेन खोल ही। 3 2 कितना सोना गिफ्ट है यार थैंक यू
ਪੈ ਗਈ ਭੁੱਖ ਕੱਲੀ ਨੂੰ ਭੁੱਖ ਪਈ ਬਸ ਮਹਿੰਦੀ ਦਾ ਚਾਹ ਚੜਿਆ ਤਾਂ ਕੁਛ ਖਾਧਾ ਨੀ ਪਹਿਲੇ ਕਿਹਾ ਸੀ ਖਾ ਲੈ ਨਹੀਂ ਮੈਂ ਮਹਿੰਦੀ ਲਵਾਉਣੀ ਆ ਨੀਚੇ ਪਾਰਟ ਚੱਲਦਾ ਪਿਆ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਹੁਣੇ ਤੇ ਉਹ ਟਾਈਸਨ ਸਾਡਾ ਤੇ ਲੜੀਆਂ ਲੱਗ ਰਹੀਆਂ ਵਾ ਡੈਕੋਰੇਸ਼ਨ ਹੀ ਆ ਉਹ ਦੇਖੋ ਪਹਿਲੇ ਇੱਥੇ ਲੱਗਣਗੀਆਂ ਉਹ ਭਾਈ ਲਾ ਆਉਂਦੇ ਆ ਤੇ ਕਾਹ ਭਾਜੀ ਹੈਗੇ ਆ ਇਹ ਆਪਾਂ ਲਾ ਰਹੇ ਬਾਕੀ ਤੁਹਾਨੂੰ ਪੂਰੀਆਂ ਲਾ ਕੇ ਵਿਖਾਈਆਂ ਜਾਣਗੀਆਂ ਇੱਕ ਮਈਏ ਦੀ ਰਸਮ ਹੁੰਦੀ ਆ ਉਹ ਹੋਣ ਲੱਗੀ ਆ ਤੇ ਇਸ ਤੋਂ ਬਾਅਦ ਮਤਲਬ ਕੱਲ੍ਹ ਇੱਕ ਹੋਰ ਰਸਮ ਹੋਏਗੀ ਉਹ ਅਗਲੇ ਵਲੋਗ 'ਚ ਦਿਖਾਵਾਂਗੇ ਤੁਹਾਨੂੰ ਕੁੜੀ ਖੁਸ਼ ਹੈਗੀ ਬਹੁਤ ਜ਼ਿਆਦਾ ਆ ਸਾਡੇ ਮਾਮੀ ਜੀ ਆ ਗਏ ਨੇ ਚਾਹ ਚੜਿਆ ਵਾ ਕੁਛ ਕਹਿਣਾ ਚਾਹੋਗੇ ਮੇਰੀ ਵਾਰੀ ਲੱਗਦੀ ਹੈ ਚਲੋ ਵੀ ਵੀਰਾ ਚੁੰਨੀ ਵੀ
जाओ लग चुकियां वा देख सकते हो तुम बहुत सोहनिया लगिया वा। सो फाइनली एदी मेहंदी ते माइया की एक रस्म होंदी है वह कंप्लीट हो चुकी है ते बीबी वैसे पूरी लिबड़ी हुई है मेकअप किया पर हुण लिबड़ गई है कोई प्रॉब्लम नहीं वैसे ते तुहानू सारयां नू व्लॉग वधिया लगा होएगा होप सारयां नू वधिया लगा होए ते जे तुहानू वधिया लग्या लाइक कमेंट शेयर जरूर करना नाले सबसक्राइब भी ते हुण आपां इत्थे व्लॉग दा एंड करदे क्योंकि हुण लेडी संगीत होणा ते इत्थे हुण आपां एंड करदे आ बाकी चैनल नू सपोर्ट करो लाइक कमेंट शेयर करियो सबसक्राइब ते करना ही आ ਸਪੋਰਟ ਦਿਓ ਸਾਡੇ ਵਲੌਗਸ ਨੂੰ ਤੇ ਹੁਣ ਮੈਂ ਚੱਲਦੀ ਹਾਂ ਹੁਣ ਮੈਂ ਨਾਵਾ ਧੋਵਾ ਜਾ ਕੇ ਓਕੇ ਬਾਏ ਬਾਏ।